ਪੱਤਾ ਲਪੇਟ ਸੁੰਡੀ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ ਜੀ, ਉਹ ਕਰਦੀ ਵੀ ਹੈ ਕਿ ਨਹੀਂ ਕਰਦੀ, ਸਾਨੂੰ ਖਰਚਾ ਕਰਨ ਦੀ ਕੋਈ ਜ਼ਰੂਰਤ ਹੈ ਕਿ ਨਹੀਂ ਜ਼ਰੂਰਤ, ਉਹ ਸਾਰੀਆਂ ਗੱਲਾਂ ਪਤਾ ਤੁਹਾਡੇ ਨਾਲ ਆਪਾਂ ਇਸ ਵੀਡੀਓ 'ਚ ਕਰਾਂਗੇ। ਪਿਛਲੇ ਸਾਲ ਵੀ ਆਪਾਂ ਇੱਕ ਵੀਡੀਓ ਬਣਾ ਕੇ ਪਾਈ ਸੀ, ਜਿਹਨਾਂ ਮਿੱਤਰਾਂ ਨੇ ਤਜਰਬਾ ਕੀਤਾ ਹੈ ਜੀ ਉਹਨਾਂ ਨੂੰ ਕੋਈ ਖਰਚਾ ਕਰਨ ਦੀ ਲੋੜ ਨਹੀਂ ਪਈ ਅਤੇ ਕੋਈ ਨੁਕਸਾਨ ਨਹੀਂ ਹੋਇਆ, ਅਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝੀ ਕਰੂੰਗਾ। ਜੇ ਤਾਂ ਵੀਡੀਓ ਯੂਟਿਊਬ 'ਤੇ ਵੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਫੇਸਬੁੱਕ 'ਤੇ ਵੇਖ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਪੱਤਾ ਲਪੇਟ ਸੁੰਡੀ ਦਾ ਕੰਮ ਕਿਵੇਂ ਕਰਨ ਦਾ ਤਰੀਕਾ ਤੁਸੀਂ ਆਪਣੀ ਸਕਰੀਨ 'ਤੇ ਚੱਲਦਾ ਦੇਖ ਸਕਦੇ ਹੋ ਕਿ ਉਹ ਕੰਮ ਕਿਹੜੇ ਤਰੀਕੇ ਨਾਲ ਕਰਦੀ ਹੈ, ਅਤੇ ਕੋਈ ਇਸੇ ਵੀ ਚੀਜ਼ ਨੂੰ ਮਾਰਨ ਤੋਂ ਪਹਿਲਾਂ ਸਾਨੂੰ ਉਹਦੇ ਜੀਵਨ ਬਾਰੇ ਪਤਾ ਕਰਨਾ ਜ਼ਰੂਰੀ ਹੈ ਜੀ। ਪੱਤਾ ਲਪੇਟ ਸੁੰਡੀ ਦਾ ਟੋਟਲ ਜੀਵਨ ਜਿਹੜਾ 20 ਤੋਂ 25 ਦਿਨਾਂ ਦਾ ਹੁੰਦਾ, ਅਤੇ ਉਹਦੇ 'ਚੋਂ ਵੀ ਇਹਨੇ ਸੁੰਡੀ ਦੇ ਰੂਪ 'ਚ ਸਿਰਫ 8 ਤੋਂ 10 ਦਿਨ ਰਹਿਣਾ ਹੁੰਦਾ, ਬਾਕੀ ਇਹਨੇ ਪਿਊਪਾ ਸਟੇਜ 'ਚ ਰਹਿਣਾ ਹੁੰਦਾ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਅਤੇ ਜਾਂ ਫਿਰ ਇਹਨੇ ਭੰਬੱਕੜ ਦੇ ਰੂਪ 'ਚ ਰਹਿਣਾ ਹੁੰਦਾ। 8 ਤੋਂ 9 ਦਿਨ ਸਿਰਫ ਇਹ ਰਹਿੰਦੀ ਹੈ ਜੀ ਜਿਹੜੀ ਸੁੰਡੀ ਦੇ ਰੂਪ, ਅਤੇ ਸਾਨੂੰ ਪਤਾ ਉਸ ਦਿਨ ਲੱਗਦਾ ਕਿੱਦਣ ਇਹਨੇ ਪੱਤਾ ਇਕੱਠਾ ਕਰ ਲਿਆ ਹੁੰਦਾ 5ਵੇਂ ਤੋਂ 6ਵੇਂ ਦਿਨ, ਅਤੇ 3-4 ਦਿਨਾਂ ਨੂੰ ਤਾਂ ਇਹਨੇ ਵੈਸੇ ਹੀ ਮਰ ਜਾਣਾ ਜੀ। ਇਹਦਾ ਇਸ ਕਰਕੇ ਵੈਜੀਟੇਟਿਵ ਗਰੋਥ ਸਟੇਜ, ਜਦੋਂ ਝੋਨਾ ਨਾਲੀਆਂ ਕੱਢ ਰਿਹਾ ਟਿੱਲਰ ਕਰ ਰਿਹਾ ਉਸ ਟਾਈਮ 'ਤੇ ਇਹਦਾ ਬਿਲਕੁਲ ਵੀ ਕੋਈ ਨੁਕਸਾਨ ਨਹੀਂ ਹੁੰਦਾ। ਪੱਤਾ ਲਪੇਟ ਸੁੰਡੀ ਨੁਕਸਾਨ ਕਦੋਂ ਕਰ ਸਕਦੀ ਹੈ? ਕਰ ਸਕਦੀ ਮੈਂ ਕਹਿ ਰਿਹਾ, ਇਹ ਨਹੀਂ ਮੈਂ ਕਹਿ ਰਿਹਾ ਵੀ ਕਰਦੀ ਹੈ। ਹੁਣ ਇਹ ਦੇਖੋ ਜੀ, ਇਹ ਆ ਗਈ ਜੀ ਸਾਡਾ ਝੋਨਾ, ਇਹ ਨਿਸਰ ਆਇਆ ਹੈ ਨਾ, 1509 ਵਰਾਇਟੀ ਹੈ ਜੀ ਇਹ ਨਿਸਰੀ। ਹੁਣ ਨਿਸਾਰੇ ਦੇ ਸਮੇਂ 'ਤੇ ਆਹ ਵੇਖੋ ਜੀ, ਆਹ ਜਿਹੜੀ ਇੱਕ ਮੁੰਜਰ ਹੈ ਨਾ, ਆਹ ਮੁੰਜਰ ਦੇ ਜਿਹੜਾ ਨਾਲ ਦਾ ਪੱਤਾ ਹੈ, ਆਵੇ ਆਹ ਜਿਹੜਾ ਜਿਹਨੇ ਇਹਨੂੰ ਖੁਰਾਕ ਬਣਾ ਕੇ ਦੇਣੀ ਹੈ, ਮੁੰਜਰ ਨੇ ਖੁਰਾਕ ਲੈਣ ਜਿਹੜੀ ਬੂਟੇ ਨੇ ਖੁਰਾਕ ਪੱਤੇ ਇਸ ਝੰਡੇ ਪੱਤਿਆਂ ਦੇ ਰੂਪ 'ਚੋਂ ਖੁਰਾਕ ਲੈਣੀ ਹੁੰਦੀ ਉਹਨੇ, ਹੈ ਨਾ, ਜਿਹੜੇ ਨਾਲ ਨਿਕਲਦੇ ਪੱਤੇ। ਜੇ ਪੱਤਾ ਲਪੇਟ ਸੁੰਡੀ ਇਹਨਾਂ ਪੱਤਿਆਂ ਨੂੰ ਖਰਾਬ ਕਰੇ, ਆਹ ਅਖੀਰ ਤੱਕ ਜਿਹੜੇ 2-3 ਪੱਤੇ ਹਰੇ ਰਹਿੰਦੇ ਆ, ਝੰਡੇ ਪੱਤੇ ਨੂੰ ਕਹਿੰਦੇ ਜਿਹੜੇ ਲਾਸਟ ਤੱਕ ਹਰੇ ਰਹਿੰਦੇ, ਹੈ ਨਾ, ਜੇ ਉਹਨਾਂ ਪੱਤਿਆਂ ਨੂੰ ਪੱਤਾ ਲਪੇਟ ਸੁੰਡੀ ਨੁਕਸਾਨ ਕਰੇ, ਖਰਾਬ ਕਰੇ, ਫਿਰ ਤੁਹਾਡੇ ਖੇਤਾਂ 'ਚ ਨੁਕਸਾਨ ਹੋ ਸਕਦਾ। ਉਹਦਾ ਨੁਕਸਾਨ ਹਾਲੇ ਤੱਕ ਕਦੀ ਵੀ ਵੇਖਣ ਨੂੰ ਇਹਦਾ ਨਹੀਂ ਮਿਲਿਆ, ਅਤੇ ਇਸ ਕਰਕੇ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ। ਤੁਸੀਂ ਦੇਖੋ ਜੇ ਤੁਹਾਡਾ ਝੋਨਾ ਨਿਸਰ ਗਿਆ, ਅੱਜ ਦੀ ਡੇਟ ਤੱਕ ਇਸ ਝੋਨੇ ਨੂੰ 1509 ਵਰਾਇਟੀ ਹੈ ਜੀ, ਫੰਗੀ ਸਾਈਡ ਤੋਂ ਬਿਨਾਂ ਕੋਈ ਸਪਰੇਅ ਨਹੀਂ ਕੀਤੀ ਗਈ, ਕੋਈ ਮੱਛਰ, ਕੋਈ ਤੇਲਾ, ਕੋਈ ਟਿੱਡਾ, ਕੋਈ ਸੁੰਡੀ, ਕਿਸੇ ਤਰ੍ਹਾਂ ਦੀ ਕੋਈ ਸਪਰੇਅ ਨਹੀਂ ਕੀਤੀ ਗਈ। ਅਤੇ ਬਰਸਾਤਾਂ ਸਾਡੇ ਏਰੀਏ 'ਚ ਬਹੁਤ ਜ਼ਿਆਦਾ ਪਈਆਂ, ਜਿਹੜੇ ਸਾਡੇ ਏਰੀਏ ਦੇ ਉਹਨਾਂ ਨੂੰ ਤਾਂ ਪਤਾ ਹੋਊਗਾ ਜੀ ਬਰਸਾਤਾਂ 'ਚ ਬਹੁਤ ਜ਼ਿਆਦਾ ਪਈਆਂ। ਹੁਣ ਦੇਖੋ ਜੀ, ਪੱਤਾ ਲਪੇਟ ਸੁੰਡੀ ਨੇ ਅਟੈਕ ਇਹਤੇ ਵੀ ਕੀਤਾ, ਹੁਣ ਕੀਤਾ ਕਿੱਥੇ ਜੀ, ਆਹ ਤੁਸੀਂ ਦੇਖੋ, ਆਹ ਦੇਖੋ ਜੀ, ਇਹਨੇ ਪੱਤਾ ਲਪੇਟਿਆ, ਪੱਤਾ ਲਪੇਟ ਕੇ ਅਤੇ ਆਪਣਾ ਕੰਮ ਕਰਕੇ ਉਹ ਖਤਮ ਵੀ ਹੋ ਗਈ, ਮਤਲਬ ਉਹ ਪਿਊਪਾ ਸਟੇਜ ਕਨਵਰਟ ਹੋ ਗਈ, ਕਿਤੇ ਨਾ ਕਿਤੇ ਥੱਲੇ ਡਿੱਗ ਪਈ ਹੋਣੀ ਆ। ਹੁਣ ਕੋਈ ਦਿਨਾਂ ਤੱਕ ਉਹਨੇ ਭੰਬੱਕੜ ਦਾ ਰੂਪ ਲੈਣਾ, ਅਤੇ ਭੰਬੱਕੜ ਤੋਂ ਬਾਅਦ ਫਿਰ ਸੁੰਡੀ ਦਾ ਰੂਪ, ਆਂਡੇ ਦਊਗੀ, ਆਂਡਿਆਂ 'ਚੋਂ ਸੁੰਡੀ ਨਿਕਲੂਗੀ, ਹੈ ਨਾ। ਅਤੇ ਇਹ ਚੀਜ਼ਾਂ ਵੇਖੋ, ਇਸ ਟਾਈਮ 'ਤੇ ਇਹਦਾ ਕੋਈ ਨੁਕਸਾਨ ਨਹੀਂ ਸਾਨੂੰ ਹੈਗਾ ਜੀ। ਸੋ ਇਸ ਕਰਕੇ ਜੇ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਜਾਪੇ, ਤੁਸੀਂ ਗ੍ਰੀਨ ਲੈਵਲ ਜਿਹੜੇ ਆਪਣੇ ਇਨਸੈਕਟੀਸਾਈਡ ਆਉਂਦੇ ਆ ਨਾ, ਤੁਸੀਂ ਕੋਰਾਜਨ ਟਾਈਪ ਜਿੱਦਾਂ ਦਾ ਆਪਾਂ ਕਹਿ ਸਕਦੇ, ਅਤੇ ਉਸ ਕਿਸੇ ਟੈਕਨੀਕਲ ਦੀ ਇੱਕ ਸਪਰੇਅ ਕਰ ਸਕਦੇ ਹੋ ਸਾਰਾ ਝੋਨਾ ਨਿਸਰਨ ਤੋਂ ਬਾਅਦ। ਨਾ ਤੁਹਾਨੂੰ ਕੋਈ ਗੋਭ ਦੀ ਸੁੰਡੀ ਲਈ ਪਾਉਣ ਦੀ ਜ਼ਰੂਰਤ ਹੈ, ਨਾ ਤੁਹਾਨੂੰ ਕੋਈ ਪੱਤਾ ਲਪੇਟ ਸੁੰਡੀ ਲਈ ਕੋਈ ਪ੍ਰੋਡਕਟ ਪਾਉਣ ਦੀ ਜ਼ਰੂਰਤ ਹੈ। ਮੈਂ ਗੋਭ ਦੀ ਸੁੰਡੀ ਬਾਰੇ ਪੂਰੀ ਵੀਡੀਓ ਪਿਛਲੇ ਸਾਲ ਪਾਈ ਸੀ, ਫਿਰ ਪਾਊਂਗਾ ਵੀ ਭਾਈ ਕੀ ਇਹਦੇ ਨੁਕਸਾਨ ਦੀ ਦਰ ਹੁੰਦੀ ਹੈ ਕੀ ਨਹੀਂ ਹੁੰਦੀ। ਬੇਫਿਕਰ ਹੋ ਜਾਓ ਜੀ ਗੋਭ ਦੀ ਸੁੰਡੀ ਤੋਂ ਅਤੇ ਪੱਤਾ ਲਪੇਟ ਸੁੰਡੀ ਤੋਂ। ਪੱਤਾ ਲਪੇਟ ਸੁੰਡੀ ਸਿਰਫ ਉਦੋਂ ਨੁਕਸਾਨ ਕਰੂਗੀ ਜਦੋਂ ਤੁਹਾਡੇ ਆਹ ਵਾਲੇ ਪੱਤੇ ਜਿਹੜੇ ਖਰਾਬ ਹੋਣ, ਅਤੇ ਜੇ ਤੁਹਾਡੇ ਇਹ ਵਾਲੇ ਪੱਤੇ ਅਖੀਰ ਦੇ ਸਮੇਂ 'ਤੇ ਸਹੀ ਆ, ਜੇ ਸ਼ੁਰੂਆਤੀ ਸਟੇਜ 20 ਦਿਨਾਂ ਦੇ, 25 ਦਿਨਾਂ ਦੇ, 30 ਦਿਨਾਂ ਦੇ, 35 ਦਿਨਾਂ ਦੇ, 40 ਦਿਨਾਂ 'ਤੇ ਗੋਭ ਦੀ ਪੱਤਾ ਲਪੇਟ ਸੁੰਡੀ ਦਾ ਅਟੈਕ ਆਉਂਦਾ, ਬੇਫਿਕਰ ਹੋ ਜਾਓ, ਆਰਾਮ ਨਾਲ ਬੈਠ ਜਾਓ, ਤੁਹਾਡਾ ਕੋਈ ਨੁਕਸਾਨ ਜਿਹੜਾ ਨਹੀਂ ਹੋਣਾ। ਜੇ ਤੁਹਾਡੇ ਝੰਡਾ ਪੱਤਾ ਸਲਾਮਤ ਹੈ ਤਾਂ ਤੁਹਾਡਾ ਝਾੜ 'ਚ ਦੁੱਕੀ ਦਾ ਫਰਕ ਨਹੀਂ ਪਊਗਾ। ਜੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਗ੍ਰੀਨ ਲੈਵਲ ਇਨਸੈਕਟੀਸਾਈਡ ਦੀ ਸਪਰੇਅ ਕਰ ਸਕਦੇ, ਜਿਹਨਾਂ 'ਚ ਕੋਰਾਜਨ, ਫੇਮ, ਕਾਫੀ ਜਿਹੜੇ ਟੈਕਨੀਕਲ ਆਉਂਦੇ ਜਿਹੜੇ ਗ੍ਰੀਨ ਲੈਵਲ 'ਚ ਹੋਣ। ਸਾਰਾ ਝੋਨਾ ਨਿਸਰਨ ਤੋਂ ਬਾਅਦ ਸਪਰੇਅ ਕਰਨੀ ਹੈ। ਦੇਖੋ ਆਹ ਬੂਰ ਲੱਗਾ ਨਾ, ਆਹ ਸਾਈਡ ਦਾ ਬੂਰ ਜਿਹਾ ਲੱਗਾ, ਜਿਹੜਾ ਜਿੰਨਾ ਚਿਰ ਇਹ ਬੂਰ ਝੜਦਾ ਨਹੀਂ ਉਹਨਾਂ ਚਿਰ ਪੈਲੀਆਂ 'ਚ ਨਹੀਂ ਵੜਨਾ। ਉਹਨਾਂ ਚਿਰ ਪੈਲੀਆਂ 'ਚ ਵੜ ਕੇ ਆਪਣੇ ਝੋਨੇ ਦੀ ਡਾਂਡ ਨਾ ਲਾ ਲਿਓ, ਇਹ ਬੂਰ ਝੜਨ ਤੋਂ ਬਾਅਦ ਸਪਰੇਅ ਕਰਨੀ ਹੈ। ਜੇ ਜ਼ਰੂਰਤ ਜਾਪਦੇ, ਨਹੀਂ ਜ਼ਰੂਰਤ ਤਾਂ ਫਿਰ ਕੋਈ ਸਪਰੇਅ ਨਾ ਕਰੋ। ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਸ਼ੇਅਰ ਜ਼ਰੂਰ ਕਰੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।